ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਕੁਲਦੀਪ ਧਾਲੀਵਾਲ ਸਾਡੇ ਨਾਲ ਨੇ। ਅੱਜ ਵਕਤ ਈਦ ਉਲ ਫਿਤਰ ਮੌਕੇ ਵੱਖ ਵੱਖ ਮਸਜਿਦਾਂ ਦੇ ਵਿੱਚ ਨਮਾਜ਼ ਅਦਾ ਕਰਨ ਗਏ ਸੀਗੇ। ਧਾਲੀਵਾਲ ਸਾਹਿਬ, ਅੱਜ ਈਦ ਉਲ ਫਿਤਰ ਹੈ, ਵੱਖਰੀ ਵੱਖਰੀ ਨਮਾਜ਼ ਤੇ ਆਪਣੇ ਮੁਸਲਿਮ ਭਾਈਚਾਰੇ ਨੂੰ ਬਹੁਤ ਵਧਾਈਆਂ ਦਿੱਤੀਆਂ ਇਸ ਮੌਕੇ ਦੇ ਉੱਤੇ। ਮੁਸਲਿਮ ਭਾਈਚਾਰੇ ਦੀ ਤਰੱਕੀ ਵਾਸਤੇ ਅੱਲਾਹ ਤਾਲਾ ਦੇ ਅੱਗੇ ਅਰਦਾਸ ਕੀਤੀ ਹੈ ਔਰ ਅਰਦਾਸ ਕੀਤੀ ਹੈ ਕਿ ਮੇਰੇ ਸ਼ਹਿਰ ਦੇ ਸਾਰੇ ਭਾਈਚਾਰੇ ਪਿਆਰ ਸਤਿਕਾਰ ਦੇ ਨਾਲ ਏਕਤਾ ਬਣਾ ਕੇ ਵਧੀਆ ਢੰਗ ਨਾਲ ਰਹਿਣ ਔਰ ਮੇਰਾ ਸ਼ਹਿਰ ਜਿਹੜਾ ਵਿਕਾਸ ਕਰੇ, ਮੇਰੇ ਭਾਈਚਾਰੇ ਦੇ ਮੁਸਲਿਮ ਭਾਈਚਾਰੇ ਦੇ ਬੱਚੇ ਚੰਗੀ ਐਜੂਕੇਸ਼ਨ ਲੈਣ, ਚੰਗੀ ਐਜੂਕੇਸ਼ਨ ਲੈ ਕੇ ਅੰਮ੍ਰਿਤਸਰ ਦਾ ਨਾਂ ਰੋਸ਼ਨ ਕਰਨ। ਅਤੇ ਮੈਨੂੰ ਲੱਗਾ ਕਿ ਮੈਂ ਅੱਜ ਅੱਲਾਹ ਤਾਲਾ ਦੇ ਘਰ ਆ ਕੇ ਮੇਰੇ ਲਈ ਬਹੁਤ ਭਾਗਾਂ ਵਾਲਾ ਦਿਨ ਹੈ ਔਰ ਮੈਂ ਸਭ ਨੂੰ ਇਸ ਮੌਕੇ ਦੇ ਉੱਤੇ ਆਪਣੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਇਹਨਾਂ ਦੀਆਂ ਕਈ ਸਮੱਸਿਆਵਾਂ ਨੇ ਇਸ ਭਾਈਚਾਰੇ ਦੀਆਂ ਜਿਹੜੀਆਂ ਕਿ ਅਣਗੋਲੀਆਂ ਕੀਤੀਆਂ ਜਾਂਦੀਆਂ ਨੇ। ਕੋਈ ਗੱਲ, ਜਦੋਂ ਆਪਾਂ ਇਲੈਕਸ਼ਨ ਤੋਂ ਫਰੀ ਹੋ ਗਏ ਅਤੇ ਹੋਰ ਵੀ ਕੁਛ ਦੱਸਿਆ ਇਹਨਾਂ ਨੇ, ਆਪਾਂ ਜ਼ਰੂਰ ਕਰਾਂਗੇ, ਸਾਡੀ ਡਿਊਟੀ ਹੈ, ਮਾਨ ਸਾਹਿਬ ਨੂੰ ਦੱਸਾਂਗੇ, CM ਸਾਹਿਬ ਨੂੰ ਦੱਸ ਕੇ ਇਸ ਭਾਈਚਾਰੇ ਦੇ ਜਿਹੜੇ ਮਸਲੇ ਆ ਉਹ ਸਭ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ। ਸਾਡਾ ਭਾਈਚਾਰਾ, ਸਾਡਾ ਪਰਿਵਾਰ ਹੈ, ਸਾਡੇ ਭੈਣ ਭਰਾ ਨੇ, ਜੇ ਇਹਨਾਂ ਦੇ ਮਸਲੇ ਨਹੀਂ ਹੱਲ ਕਰਦੇ ਤਾਂ ਕਿਹਦੇ ਕਰਦੇ? ਸੋ ਇਹਨਾਂ ਦੇ ਮਸਲੇ ਹੱਲ ਕਰਨ ਦੀ ਮੇਰੀ ਡਿਊਟੀ ਹੈ ਔਰ ਮੈਂ ਕਰੂੰਗਾ। ਡਾਕਟਰ ਸਾਹਿਬ, ਤੁਸੀਂ ਵੀ ਨਾਲ ਧਾਲੀਵਾਲ ਦੇ ਸਾਹਿਬ ਸਾਹਿਬ ਨਾਲ ਆਇਓ ਅੱਜ ਦੇ ਇਸ ਈਦ ਦੇ ਸ਼ੁਭ ਅਵਸਰ 'ਤੇ। ਮੈਂ ਪੂਰੀ ਦੁਨੀਆ ਦੇ ਮੁਸਲਿਮ ਭਾਈਚਾਰੇ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ। ਅੱਜ ਦਾ ਇਹ ਤਿਉਹਾਰ ਜਿਹੜਾ ਪੂਰੇ ਦੁਨੀਆ ਦੇ ਅੰਦਰ ਬੜੇ ਹਰਸ਼ੋ ਉਲਾਸ ਔਰ ਬੜੇ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ। ਅੱਜ ਦੇ ਇਸ ਪਵਿੱਤਰ ਔਰ ਪਾਵਨ ਤਿਉਹਾਰ 'ਤੇ ਮੈਂ ਉਹੀ ਕਹਾਂਗਾ ਕਿ ਆਓ ਅਸੀਂ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ, ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ, ਇੱਕ ਭਾਈਚਾਰੇ ਦੀ, ਇੱਕ ਡਿਵੈਲਪਮੈਂਟ ਦੀ ਰਾਜਨੀਤੀ ਜਿਹੜੀ ਹੈ ਉੱਧਰ ਧਿਆਨ ਦੇਈਏ। ਔਰ ਜਿਸ ਤਰ੍ਹਾਂ ਕਿ ਧਾਲੀਵਾਲ ਸਾਹਿਬ ਨੇ ਮੇਰੇ ਤੋਂ ਪਹਿਲਾਂ ਕਿਹਾ ਕਿ ਅਸੀਂ ਆਪਣੇ ਇਸ ਪਵਿੱਤਰ ਸ਼ਹਿਰ ਨੂੰ ਇਹਦੀ ਤਰੱਕੀ ਲਈ, ਆਪਣੇ ਪੰਜਾਬ ਦੀ ਤਰੱਕੀ ਲਈ ਔਰ ਆਪਣੇ ਦੇਸ਼ ਦੀ ਤਰੱਕੀ ਲਈ ਜਿਹੜਾ ਅੱਜ ਅੱਲਾਹ ਤਾਲਾ ਖੁਦਾ ਦੇ ਅੱਗੇ ਇਹੋ ਹੀ ਪ੍ਰੇਅਰ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਬਲ ਦੇਣ, ਸ਼ਕਤੀ ਦੇਣ, ਤਾਕਤ ਦੇਣ, ਜਾਂ ਤਾਂ ਜੋ ਅਸੀਂ ਆਪਣੇ ਦੇਸ਼ ਦੀ, ਆਪਣੇ ਸੂਬੇ ਦੀ, ਆਪਣੇ ਸ਼ਹਿਰ ਦੀ ਦੇ ਲਈ ਅਸੀਂ ਮਿਹਨਤ ਕਰ ਸਕੀਏ, ਇਹਦੀ ਤਰੱਕੀ ਕਰ ਸਕੀਏ। ਧੰਨਵਾਦ ਜੀ। ਸੋ ਈਦ ਉਲ ਫਿਤਰ ਮੌਕੇ ਇੱਥੇ ਪਹੁੰਚੇ ਸਨ ਕੁਲਦੀਪ ਸਿੰਘ ਧਾਲੀਵਾਲ, ਜਿਹੜੇ ਲੋਕ ਸਭਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਅੰਮ੍ਰਿਤਸਰ ਤੋਂ ਕੈਂਡੀਡੇਟ ਨੇ ਔਰ ਮੁਸਲਿਮ ਭਾਈਚਾਰੇ ਨੂੰ ਇਸ ਮੌਕੇ 'ਤੇ ਉਹਨਾਂ ਨੇ ਵਧਾਈ ਵੀ ਦਿੱਤੀ ਔਰ ਜਿਹੜੇ ਮਸਲੇ ਨੇ ਉਹ ਇਲੈਕਸ਼ਨ ਤੋਂ ਬਾਅਦ ਹੱਲ ਕਰਨ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ CM ਨਾਲ ਗੱਲ ਕਰਕੇ ਉਹ ਇਹਨਾਂ ਦੇ ਮਸਲੇ ਜਿਸ ਤਰ੍ਹਾਂ ਵੀ ਨੇ ਉਹ ਹੱਲ ਕਰਨਗੇ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ TV, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ WhatsApp ਚੈਨਲ ਪਰ।